ਕਰਮਜੀਤ ਸਿੰਘ ਔਜਲਾ ਦੀ ਕਹਾਣੀ ਫਾਂਸੀ ਸਵੇਰੇ 5 ਵਜੇ ਦਾ ਵਕਤ ਸੀ ਸਵੇਰ ਦੀ ਰੌਸ਼ਨੀ ਅਜੇ ਕਾਫੀ देर बाद ਹੋਣੀ ਸੀ ਸੜਕਾਂ ਤੇ ਗਲੀਆਂ ਚ ਜਗਮਗ ਕਰ ਰੀਆਂ ਟਿਊਬ ਲਾਈਟਾਂ ਅਜੇ ਵੀ ਰਾਤ ਦਾ ਹੀ ਪ੍ਰਭਾਵ ਦੇ ਰਹੀਆਂ ਸਨ ਸਰਕਾਰੀ ਅਫਸਰਾਂ ਦੀ ਕਲੋਨੀ ਬੰਗਲਾ ਨੰਬਰ 27 ਦੇ ਦੋ ਕਮਰਿਆਂ ਤੇ ਕਿਚਨ ਚ ਰੌਸ਼ਨੀ ਜਗ ਰਹੀ ਸੀ ਇਸ ਬੰਗਲੇ ਦਾ ਨਿਵਾਸੀ ਪ੍ਰੇਮ ਸਿੰਘ ਗਿੱਲ ਸੀਨੀਅਰ ਮੈਜਿਸਟ੍ਰੇਟ ਸੀ ਗਿੱਲ ਸਾਹਿਬ ਉੱਠ ਕੇ ਤਿਆਰ ਹੋ ਚੁੱਕੇ ਸਨ ਤੇ ਉਹਨਾਂ ਦੀ ਘਰ ਵਾਲੀ ਸ਼੍ਰੀਮਤੀ ਸੁਰਿੰਦਰ ਗਿੱਲ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਲਈ ਚਾਹ ਬਣਾ ਰਹੀ ਸੀ ਸ਼੍ਰੀਮਤੀ ਸੁਰਿੰਦਰ ਗਿੱਲ ਨੇ ਗਿੱਲ ਸਾਹਿਬ ਨੂੰ ਚਾਹ ਦਾ ਪਿਆਲਾ ਲਿਆ ਫੜਾਇਆ ਗਿੱਲ ਸਾਹਿਬ ਚਾਹ ਦੀ ਉਡੀਕ ਕਰਦੇ ਉਤਾਵਲੇ ਹੋ ਗਏ ਸਨ ਉਹਨਾਂ ਨੇ ਪਤਨੀ ਦੇ ਹੱਥੋਂ ਚਾਹ ਦਾ ਪਿਆਲਾ ਫੜ ਕੇ ਛੇਤੀ ਛੇਤੀ ਚਾਹ ਪੀਣੀ ਸ਼ੁਰੂ ਕਰ ਦਿੱਤੀ ਚਾਹ ਪੀ ਰੇ ਆਪਣੇ ਪਤੀ ਨੂੰ ਵੇਖ-ਵੇਖ ਕੇ ਸ਼੍ਰੀਮਤੀ ਸੁਰਿੰਦਰ ਗਿੱਲ ਨੂੰ ਬਹੁਤ ਹੀ ਰੰਝ ਹੋ ਰਿਹਾ ਸੀ ਉਹ ਸੋਚ ਰਹੀ ਸੀ ਕਿ ਉਹਦੇ ਪਤੀ ਦੇ ਸੰਗੋ ਚਾ ਉੱਤਰ ਕਿਵੇਂ ਰਹੀ ਸੀ ਉਹਨੂੰ ਜਾਪਿਆ ਉਹਦਾ ਪਤੀ ਬੜਾ ਹੀ ਕਠੋਰ ਚਿੱਤ ਤੇ ਜ਼ਾਲਮ ਹੈ ਉਹਨੂੰ ਕਿਸੇ ਦੀ ਹੋਣ ਵਾਲੀ ਮੌਤ ਦਾ ਜ਼ਰਾ ਵੀ ਦੁੱਖ ਨਹੀਂ ਹੈ ਤਾਂ ਹੀ ਬੰਗਲੇ ਦੇ ਬਾਹਰ ਕਿਸੇ ਜੀਪ ਦੇ ਰੁਕਣ ਦੀ ਆਵਾਜ਼ ਆਈ ਸਰਦਾਰ ਤੇ ਸਰਦਾਰਨੀ ਗਿੱਲ ਦੋਵੇਂ ਹੀ ਸੁਚੇਤ ਹੋ ਗਏ ਸ਼੍ਰੀਮਤੀ ਗਿੱਲ ਨੇ ਬਾਰੀ ਰਹੀਂ ਬਾਹਰ ਹਨੇਰੇ ਵਿੱਚ ਦੇਖਣਾ ਬੰਦ ਕਰਕੇ ਆਪਣੇ ਪਤੀ ਵੱਲ ਵੇਖਿਆ ਉਹਦਾ ਪਤੀ ਕੁਰਸੀ ਤੋਂ ਉੱਠਿਆ ਚਾਹ ਦਾ ਪਿਆਲਾ ਉਹ ਪਹਿਲਾਂ ਹੀ ਮੇਜ਼ ਤੇ ਰੱਖ ਚੁੱਕਾ ਸੀ ਉਹ ਆ ਗਏ ਮੈਂ ਚੱਲਾਂ ਸਰਦਾਰ ਗਿੱਲ ਨੇ ਕਿਹਾ ਤੇ ਬੰਗਲੇ ਦੇ ਬਾਹਰਲੇ ਗੇਟ ਵੱਲ ਕਾਲੀ-ਕਾਲੀ ਤੁਰ ਪਈ ਸਟੇਰੀਂਗ ਤੇ ਡਰਾਈਵਰ ਬੈਠਾ ਸੀ ਤੇ ਇੱਕ ਪੁਲਿਸ ਹੌਲਦਾਰ ਜੀਪ ਕੋਲ ਸਾਵਧਾਨ ਖੜਾ ਸੀ ਗਿੱਲ ਸਾਹਿਬ ਜੀਪ ਕੋਲ ਪਹੁੰਚੇ ਸਤਿ ਸ੍ਰੀ ਅਕਾਲ ਸਾਹਿਬ ਪੁਲਿਸ ਹੌਲਦਾਰ ਨੇ ਸਲੂਟ ਮਾਰਦਿਆਂ ਕਿਹਾ ਗਿੱਲ ਸਾਹਿਬ ਡਰਾਈਵਰ ਦੇ ਨਾਲ ਅਗਲੀ ਸੀਟ ਤੇ ਬੈਠ ਗਏ ਹੌਲਦਾਰ ਪਿੱਛੇ ਬਹਿ ਗਿਆ ਸੀ ਜੀਪ ਸਟਾਰਟ ਹੋਈ ਤੇ ਛੇਤੀ ਸਿੱਧੀ ਸੜਕ ਤੇ ਚੱਲਦੀ ਹੋਈ ਗਿੱਲ ਸਾਹਿਬ ਦੇ ਬੰਗਲੇ ਤੋਂ ਦੂਰ ਹੁੰਦੀ ਗਈ ਆਪਣੇ ਪਤੀ ਦੇ ਪਿੱਛੇ-ਪਿੱਛੇ ਚਲਦੀ ਹੋਈ ਸ਼੍ਰੀਮਤੀ ਸਰਂਦਰ ਗਿੱਲ ਬਾਹਰਲੇ ਗੇਟ ਤੱਕ ਆ ਗਈ ਸੀ ਦੂਰ ਜਾ ਰਹੀ ਜੀਪ ਦੀਆਂ ਪਿਛਲੀਆਂ ਲਾਲ ਬੱਤੀਆਂ ਨੂੰ ਉਹ ਉਦੋਂ ਤੱਕ ਘੂਰਦੀ ਰਹੀ ਜਦੋਂ ਤੱਕ ਉਹਦੀਆਂ ਅੱਖਾਂ ਤੋਂ ਉੱਲੇ ਨਹੀਂ ਸੰ ਹੋ ਗਈਆਂ ਸ਼੍ਰੀਮਤੀ ਗਿੱਲ ਨੇ ਹਨੇਰੇ 'ਚ ਸੜਕ ਤੇ ਲੱਗੀਆਂ ਬੱਤੀਆਂ ਦੀ ਫੈਲੀ ਹੋਈ ਰੌਸ਼ਨੀ ਤੇ ਇਹਨਾਂ ਕਾਰਨ ਬਣੇ ਪਰਛਾਵਿਆਂ ਨੂੰ ਬੜੀ ਧੀਰ ਤੱਕ ਵੇਖਿਆ ਉਹਦੇ ਲਈ ਇਹ ਦ੍ਰਿਸ਼ ਭਿਆੰਕਰ ਉਦਾਸੀ ਤੇ ਸੋਗ ਵਾਲਾ ਸੀ ਉਹਨੂੰ ਲੱਗਾ ਕਿ ਪਰਛਾਵੇਂ ਤੇ ਰੌਸ਼ਨੀਆਂ ਉਹਨੂੰ ਗਿੱਲ ਸਾਹਿਬ ਦੀ ਪਤਨੀ ਹੋਣ ਕਰਕੇ ਸ਼ਿਕਾਇਤ ਕਰ ਰਹੇ ਸਨ। ਉਹਦੀਆਂ ਅੱਖਾਂ 'ਚ ਪਾਣੀ ਭਰ ਗਿਆ ਤੇ ਉਹ ਆਪਣੇ ਪੈਰ ਕਸੀਟ ਦੀ ਹੋਈ ਆਪਣੇ ਬਿਸਤਰੇ ਤੇ ਆ ਡਿੱਗੀ ਤੇ ਦੁਸਕ-ਦੁਸਕੇ ਰੋਣ ਲੱਗ ਪਈ। ਉਹਦਾ ਇਹ ਰੋਣਾ ਹੁਣ ਇੱਕ ਹੋਣੇ ਹੀ ਹੋਣ ਵਾਲੀ ਮੌਤ ਉੱਤੇ ਸੀ ਜਿਹਦੀ ਪੂਰਤੀ ਲਈ ਉਹਦਾ ਪਤੀ ਘਰੋਂ ਜਾ ਚੁੱਕਾ ਸੀ। ਸਰਦਾਰਨੀ ਸੁਰਿੰਦਰ ਗਿੱਲ ਦਾ ਮਨ ਕੱਲ ਸ਼ਾਮੀ 6 ਵਜੇ ਤੋਂ ਹੀ ਬਹੁਤ ਵਿਚਲਿਤ ਸੀ। ਉਹ ਆਪਣੇ ਪਤੀ ਨੂੰ ਨਵਾਂ ਖਰੀਦ ਕੇ ਲਿਆਂਦਾ ਹੋਇਆ ਸਵੈਟਰ ਵਿਖਾਰੀ ਸੀ ਤਾਂ ਹੀ ਟੈਲੀਫੋਨ ਦੀ ਘੰਟੀ ਨੇ ਉਹਨੂੰ ਇਸ ਆਨੰਦ ਤੋਂ ਵੰਚਿਤ ਕਰ ਦਿੱਤਾ ਸੀ ਜਿਹੜਾ ਉਹਨੂੰ ਉਹਦੇ ਪਤੀ ਦੁਆਰਾ ਉਹਦੇ ਖਰੀਦੀ ਹੋਏ ਸਵੈਟਰ ਤੇ ਉਹਦੇ ਪਤੀ ਦੇ ਪ੍ਰਸ਼ੰਸਾ ਦੇ ਸ਼ਬਦਾਂ ਤੋਂ ਮਿਲਣਾ ਸੀ ਸਵੈਟਰ ਦਾ ਮੇਚ ਠੀਕ ਸੀ ਤੇ ਰੰਗ ਵੀ ਉਹਦੇ ਪਤੀ ਨੂੰ ਪਸੰਦ ਆਈ ਚੁੱਕਾ ਸੀ ਪਰ ਵਿੱਚੇ ਹੀ ਉਹਦੇ ਪਤੀ ਨੇ ਟੈਲੀਫੋਨ ਦੇ ਵੱਲ ਵੱਧ ਕੇ ਕ੍ਰੈਡਲ ਚੁੱਕ ਲਿਆ ਤੇ ਸਵੈਟਰ ਸੋਫੇ ਤੇ ਸੁੱਟ ਦਿੱਤਾ ਸੀ ਟੈਲੀਫੋਨ ਦੀ ਕੰਟੀਨਿਊ ਸੁਰਿੰਦਰ ਗਿੱਲ ਨੂੰ ਕਿਸੇ ਮਿਹਨਤ ਦੇ ਇਵਜ਼ ਵਿੱਚ ਮਿਲਣ ਵਾਲੀ ਤੇ ਚਿੱਤ ਨੂੰ ਖੁਸ਼ ਕਰਨ ਵਾਲੀ ਪ੍ਰਸ਼ੰਸਾ ਤੋਂ ਵਾਂਝਿਆ ਕਰ ਦਿੱਤਾ ਸੀ ਇਸ ਤੇ ਉਹਨੂੰ ਰੋਸ ਹੋਇਆ ਸੀ ਹੈਲੋ ਉਹਨੂੰ ਆਪਣੇ ਪਤੀ ਦੀ ਟੈਲੀਫੋਨ 'ਚ ਬੋਲੀ ਜਾਣ ਵਾਲੀ ਆਵਾਜ਼ ਸੁਣਾਈ ਦਿੱਤੀ ਸੀ ਦੂਜੇ ਪਾਸੇ ਦੀ ਆਵਾਜ਼ ਦਾ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਸੁਣ ਭਾਵਿਓ ਰਹੀ ਸੀ ਪਤੀ ਦੇ ਬੋਲੇ ਗਏ ਲਫ਼ਜ਼ਾਂ ਤੋਂ ਉਹਨੂੰ ਜ਼ਾਹਰ ਹੋ ਗਿਆ ਸੀ ਕਿ ਬੋਲਣ ਵਾਲਾ ਉਹਦੇ ਪਤੀ ਦਾ ਇੱਕ ਹੋਰ ਦੋਸਤ ਸਿੱਧੂ ਸੀ ਉਹ ਵੀ ਮੈਜਿਸਟ੍ਰੇਟ ਸੀ ਕੱਲ 7 ਵਜੇ ਨਹੀਂ ਸਿੱਧੂ ਸਾਬ ਕੱਲ 8 ਵਜੇ ਸਵੇਰੇ ਤੱਕ ਤਾਂ ਮੈਂ ਬਿਜ਼ੀ ਆ ਗਿੱਲ ਸਿੱਧੂ ਨੂੰ ਫੋਨ 'ਚ ਦੱਸ ਰਿਹਾ ਸੀ ਤੇ ਸਰਿੰਦਰ ਸਵੈਟਰ ਵੱਲ ਵੇਖਦੀ ਹੋਈ ਸੁਣ ਰਹੀ ਸੀ ਸਿੱਧੂ ਨੇ ਫੋਨ 'ਚ ਬਿਜ਼ੀ ਹੋਣ ਦਾ ਕਾਰਨ ਪੁੱਛਿਆ ਸੀ ਤੇ ਗਿੱਲ ਦਾ ਜਵਾਬ ਕੋਲ ਖੜੀ ਸਰਿੰਦਰ ਨੇ ਸੁਣਿਆ ਸੀ ਕੱਲ ਸੈਂਟਰਲ ਜੇਲ੍ਹ 'ਚ ਇੱਕ ਫਾਂਸੀ ਹੈ ਮੈਂ ਐਗਜ਼ੀਕਿਊਟ ਕਰਾਉਣੀ ਹੈ 6 ਵਜੇ ਫਾਂਸੀ ਤਾਂ ਅੱਧੇ ਘੰਟੇ 'ਚ ਹੀ ਹੋ ਜਾਣੀ ਪਰ ਬਾਅਦ ਦਾ ਪੇਪਰ ਵਰਕ ਵੀ ਤਾਂ ਟਾਈਮ ਲਾਈ ਲੈਂਦਾ ਹੈ ਸਿੱਧੂ ਸਾਹਿਬ ਸੱਤ ਤਵਾਜ ਹੀ ਜਾਣਗੇ ਤੁਸੀਂ ਪੌਣੇ 8 ਵਜੇ ਠੀਕ ਆ ਜਾਇਓ ਅਗਲੇ ਦਿਨ ਦੇ ਕਿਸੇ ਪ੍ਰੋਗਰਾਮ ਨੂੰ ਤੈਅ ਕਰ ਲਿਆ ਸੀ ਸਿੱਧੂ ਤੇ ਗਿੱਲ ਨੇ ਸੁਰਿੰਦਰ ਕੱਲ ਸਿੱਧੂ ਤੇ ਉਹਦੇ ਫਾਦਰ ਇਨ ਲਾਅ ਆਪਣੇ ਘਰ ਪੌਣੇ 8 ਵਜੇ ਆਉਣਗੇ ਹਰਜਿੰਦਰ ਦੇ ਰਿਸ਼ਤੇ ਬਾਰੇ ਗੱਲਬਾਤ ਅੱਗੇ ਤੋਰਨੀ ਹੈ ਉਹ ਚਾਰ ਆਦਮੀ ਹੋਣਗੇ ਬ੍ਰੈਕਫਾਸਟ ਦਾ ਇੰਤਜ਼ਾਮ ਚੰਗਾ ਕਰਨਾ ਪਏਗਾ ਗਿੱਲ ਟੈਲੀਫੋਨ ਤੋਂ ਬਿਲਾ ਹੋ ਕੇ ਚਾਤੀ ਸਰندر ਨੂੰ ਸੰਬੋਧਿਤ ਹੋ ਕੇ ਇੱਕੋ ਸਾਹੇ ਕਾਲੀ-ਕਾਲੀ ਕਹਿ ਗਿਆ ਸੀ ਸਰندر ਤਾਂ ਆਪਣੇ ਦੁਆਰਾ ਖਰੀਦੇ ਗਏ ਸਵੈਟਰ ਬਾਰੇ ਪਸੰਦਗੀ ਤੇ ਪ੍ਰਸ਼ੰਸਾ ਦੇ ਲਫ਼ਜ਼ ਸੁਣਨ ਦੀ ਉਡੀਕ ਚ ਸੀ ਪਰ ਫਾਂਸੀ ਦੇ ਨਾਮ ਤੇ ਉਹਦਾ ਉਤਸ਼ਾਹ ਇਤਿਹਾਸ ਠੰਡੀ ਪੈ ਗਈ ਗਿੱਲ ਸਿੱਧੂ ਦੀ ਸਾਲੀ ਦਾ ਰਿਸ਼ਤਾ ਸਰندر ਦੇ ਕੈਪਟਨ ਭਰਾ ਨੂੰ ਕਰਵਾ ਰਿਹਾ ਸੀ ਅਗਲੀ ਸਵੇਰ ਗੱਲ ਸਿਰੇ ਚੜ ਜਾਣ ਦੀ ਪੂਰੀ ਆਸ ਸੀ ਗਿਲ ਨੂੰ ਤਾਂ ਖੁਸ਼ੀ ਹੋ ਰਹੀ ਸੀ ਤੇ ਇਸ ਖੁਸ਼ੀ ਜੋ ਸਵੇਰੇ ਹੋਣ ਵਾਲੀ ਫਾਂਸੀ ਬਾਰੇ ਉਹਦੀ ਕੋਈ ਭਾਵਨਾ ਨਹੀਂ ਸੀ ਉਹਨੇ ਆਪਣੀ ਘਰ ਵਾਲੀ ਨੂੰ ਆਉਣ ਵਾਲੇ ਪਰੌਣਿਆਂ ਲਈ ਵਧੀਆ ਨਾਸ਼ਤੇ ਦੀ ਇੱਕ ਵਾਰ ਹੋਰ ਤਾਕੀਦ ਕਰਤੀ ਸੀ ਪਰ ਸਰਿੰਦਰ ਦਾ ਮਨ ਤਾਂ ਫਾਂਸੀ ਦੇ ਨਾਮ ਤੋਂ ਹੀ ਭੁੱਝ ਚੁੱਕਾ ਸੀ ਉਹਨੋਂ ਨਾ ਤਾਂ ਸਵੈਟਰ ਵੱਲ ਦੇਖ ਰਹੀ ਸੀ ਤੇ ਨਾ ਹੀ ਉਹਨੂੰ ਹੁਣ ਪ੍ਰਸ਼ੰਸਾ ਦੇ ਸ਼ਬਦਾਂ ਦੀ ਇੱਛਾ ਸੀ ਫੇਰ ਪ੍ਰੋਣਿਆਂ ਲਈ ਸਵੇਰ ਦੇ ਨਾਸ਼ਤੇ ਦੀ ਪੱਕੀ ਕਰਨ ਤੋਂ ਬਾਅਦ ਹਾਂ ਪੱਖੀ ਹੂੰਗਾ ਰੇਦੀ ਉਮੀਦ ਵਿੱਚ ਗਿੱਲ ਨੇ ਆਪਣੀ ਪਤਨੀ ਨੂੰ ਪੁੱਛਿਆ ਕੱਲ ਫਾਂਸੀ ਹੈ ਸਰਿੰਦਰ ਦੀ ਆਵਾਜ਼ ਬੇਜਾਨ ਜਈ ਸੀ ਹਾਂ ਫਾਂਸੀ ਦਾ ਕੰਮ ਤਾਂ ਮੈਂ 7 ਵਜੇ ਮੁਕਾ ਲਵਾਂਗਾ ਸਿੱਧੂ ਹੋਣੀ ਤਾਂ 4:30 ਵਜੇ ਆਉਣਗੇ ਸਰਿੰਦਰ ਦਾ ਮਨ ਅਕਤੰਕਿਤ ਤੇ ਵਿਚਲਿਤ ਸੀ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਫਾਂਸੀ ਤੋਂ ਅੱਧੇ ਘੰਟੇ ਬਾਅਦ ਹੀ ਉਹਦੇ ਘਰ ਕਿਵੇਂ ਪ੍ਰੋਣਿਆਂ ਨੂੰ ਨਾਸ਼ਤਾ ਪਰੋਸਿਆ ਜਾਏਗਾ ਜਿਹਨੂੰ ਫਾਂਸੀ ਹੋਏਗੀ ਉਹ ਮਰ ਜਾਏਗਾ ਡਰੀ ਹੋਈ ਸਰੰਦਰ ਨੇ ਗਿੱਲ ਨੂੰ ਪੁੱਛਿਆ ਸੀ ਹੋਰ ਜਾਂਦਾ ਰਹੇਗਾ ਉਹਨੂੰ ਮਾਰਨ ਲਈ ਤਾਂ ਫਾਂਸੀ ਦਿੱਤੀ ਜਾਂਦੀ ਹੈ ਜਦ ਤੱਕ ਮਰੇਗਾ ਨਹੀਂ ਫਾਂਸੀ 'ਤੇ ਲਟਕਿਆ ਰਹੇਗਾ ਤੁਸੀਂ ਉਹਨੂੰ ਬਚਾ ਨਹੀਂ ਸਕਦੇ ਸਰੰਦਰ ਦੇ ਡਰ ਚ ਮੂਰਖਤਾ ਵੀ ਸ਼ਾਮਲ ਹੁੰਦੀ ਜਾ ਰਹੀ ਸੀ ਮੈਂ ਕਿੱਦਾਂ ਬਚਾ ਸਕਦਾ ਉਹਦੇ ਪੈਰਾਂ ਨੂੰ ਦੋ ਮਣ ਭਾਰ ਬੰਨਿਆ ਹੋਏਗਾ ਗੱਲ 'ਚ ਰੱਸਾ ਘੁੱਟਿਆ ਜਾਏਗਾ 3 ਮਿੰਟ ਬਾਅਦ ਡਾਕਟਰ ਉਹਨੂੰ ਵੇਖੇਗਾ ਉਹਨੂੰ ਕੌਣ ਬਚਾ ਸਕੇਗਾ ਮੈਂ ਤਾਂ ਆਰਡਰ دی ਐਗਜ਼ੀਕਿਊਸ਼ਨ ਕਰਵਾ ਕੇ লাশ ਜੇਲ੍ਹ ਅਥਾਰਟिटीज ਨੂੰ ਹੈਂਡਓਵਰ ਕਰਕੇ ਘਰ ਮੁੜਨ ਦੀ ਕਰਨੀ ਹੈ ਸਿੱਧੂ ਹੋਰਾਂ ਜੋ ਆਉਣਾ ਹੈ ਕੱਲ ਸਵੇਰੇ লাশ ਦਾ ਨਾਂ ਸੁਣ ਕੇ ਸਰੇਂਦਰ ਖੋਰ ਤਰਬਕ ਗਈ ਕਿਸੇ ਜ਼ੁਲਮ ਤੇ ਪਾਪ ਵਿੱਚ ਹਿੱਸੇਦਾਰ ਹੋ ਰਿਹਾ ਲੱਗ ਰਿਹਾ ਸੀ ਉਹਨੂੰ ਆਪਣਾ ਪਤੀ ਕੀ ਪਤਾ ਫਾਂਸੀ ਵਾਲਾ ਬੰਦਾ ਬੇਕਸੂਰ ਹੋਵੇ ਸਰੇਂਦਰ ਨੇ ਇੱਕ ਸਵਾਲ ਪੁੱਛਿਆ ਬੇਕਸੂਰ ਹੋਵੇ ਜਾਂ ਨਾ ਕਸੂਰਵਾਰ ਉਹ ਸਾਬਤ ਕਰ ਦਿੱਤਾ ਗਿਆ ਤੇ ਤਾਂ ਹੀ ਉਹਨੂੰ ਫਾਂਸੀ ਹੋ ਰਹੀ ਹੈ ਕੱਲ ਹੋਣ ਵਾਲੀ ਘਟਨਾ ਨੂੰ ਸਧਾਰਨ ਸਮਝਦਿਆਂ ਹੋਇਆਂ ਗਿੱਲ ਸਹਿਜ ਹੀ ਜਵਾਬ ਦੇਈ ਜਾ ਰਿਹਾ ਸੀ ਪਰ ਵਿਚਲਿਤ ਸੁਰਿੰਦਰ ਦਾ ਮਨ ਦੁਖੀ ਸੀ ਕਿਸੇ ਅਣਜਾਣ ਆਦਮੀ ਦੇ ਫਾਂਸੀ ਤੇ ਲਟਕ ਜਾਣ ਵਾਲੇ ਤੇ ਉਹਨੂੰ ਤਰਸ ਆ ਆ ਕੇ ਡਰ ਵੀ ਲੱਗ ਰਿਹਾ ਸੀ ਉਹ ਸੋਚਦੀ ਫਾਈਲ ਆਏ ਜਾਣ ਵਾਲੇ ਦੀ ਘਰਵਾਲੀ ਤੇ ਬੱਚੇ ਵੀ ਹੋਣਗੇ ਹੁਣ 5 ਵਜੇ ਉਹਦਾ ਪਤੀ ਜੀਪ 'ਚ ਸਵਾਰ ਹੋ। ਉਸ ਆਦਮੀ ਨੂੰ ਫਾਂਸੀ ਤੇ ਚੜਾਉਣ ਲਈ ਚਲਾ ਗਿਆ ਸੀ। ਉਹ ਵਾਪਸ ਆਪਣੇ ਕਮਰੇ 'ਚ ਆ ਕੇ ਕੁਝ ਦੇਰ ਰੋਈ। ਫਿਰ ਉਹਦਾ ਮਨ ਫਾਂਸੀ ਤੇ ਚੜਨ ਵਾਲੇ ਬੰਦੇ ਦੀਆਂ ਸੋਚਾਂ 'ਚ ਖੋ ਗਿਆ। ਉਹਦੀਆਂ ਅੱਖਾਂ ਅੱਗੇ ਉਹਦੀ ਕਲਪਨਾ ਅਨੁਸਾਰ ਫਾਂਸੀ ਦਾ ਦ੍ਰਿਸ਼ ਆਉਣ ਲੱਗ ਪਿਆ। ਇਸ ਦ੍ਰਿਸ਼ ਦੀ ਕਲਪਨਾ 'ਚ ਕਿਸੇ ਫਿਲਮ 'ਚ ਦਿਖਾਇਆ ਗਿਆ ਉਹ ਫਾਂਸੀ ਦਾ ਦ੍ਰਿਸ਼ ਸਹਾਇਕ ਹੋ ਰਿਹਾ ਸੀ। ਉਦੀ ਕਲਪਨਾ ਨੇ ਉਹਨੂੰ ਵਿਖਾਇਆ ਕਿ ਸਿਪਾਈਆਂ ਨੇ ਉਸ ਆਦਮੀ ਦੇ ਹੱਥ ਬੰਨ੍ਹ ਦਿੱਤੇ ਸਿਰ ਤੇ ਕਾਲਾ ਗੁੱਥਲਾ ਪਾ ਦਿੱਤਾ ਗਿਆ ਪੈਰਾਂ ਨੂੰ ਵਜਨ ਬੰਨ੍ਹ ਦਿੱਤਾ ਗਿਆ ਗਲ 'ਚ ਰੱਸਾ ਤੇ ਉਹਦੇ ਮੈਜਿਸਟ੍ਰੇਟ ਪਤੀ ਦੇ ਹੁਕਮ ਦੇਣ ਤੇ ਜਲਾਦ ਨੇ ਫੱਟਾ ਹਟਾ ਦਿੱਤਾ ਤੇ ਉਹ ਆਦਮੀ ਫਾਂਸੀ ਤੇ ਲਟਕ ਗਿਆ ਸੁਰਿੰਦਰ ਦੇ ਮੂੰਹ ਨਿਕਲੀ ਚੀਕ ਨੇ ਸਵੇਰ ਦਾ ਵਾਤਾਵਰਨ ਬਿੰਨ ਦਿੱਤਾ ਉਤਰਬ ਕੇ ਖੜੀ ਹੋਈ ਤੇ ਫਿਰ ਛਾਟੀ ਚੱਕਰ ਖਾ ਤੜਾਮ ਕਰਕੇ ਜ਼ਮੀਨ ਤੇ ਡਿੱਗ ਪਈ